ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ, ਅਸੀਂ ਭਾਈ ਗੁਰਦਾਸ ਸਿੰਘ ਜੀ ਜਿਹੜੇ ਹੈੱਡ ਗ੍ਰੰਥੀ ਆਫ 6ਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਨੇ, ਉਹਨਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ। ਅਤੇ ਆਓ ਪਹਿਲਾਂ ਫਤਿਹ ਦੀ ਸਾਂਝ ਬੁਲਾਉਂਦੇ ਹਾਂ, ਫਿਰ ਆਪਾਂ ਜਾਣਦੇ ਹਾਂ ਉਹਨਾਂ ਤੋਂ ਜਿਹੜੇ ਮੇਰੇ ਦੇਸ਼ ਵਿਦੇਸ਼ ਵਿੱਚ ਸਾਂਝਾ ਪੰਜਾਬ TV UK ਚੈਨਲ ਨੂੰ ਦੇਖ ਰਹੇ ਨੇ, ਮੇਰੇ ਵਿਊਵਰਸ ਨੇ, ਉਹਨਾਂ ਨੂੰ ਆਪਾਂ ਸਾਂਝ ਪਾਵਾਂਗੇ ਕਿ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ। ਜਿਹੜੇ ਮੇਰੇ ਦਰਸ਼ਕ ਇੱਥੇ ਨਹੀਂ ਆ ਸਕੇ, ਉਹਨਾਂ ਨੂੰ ਗੁਰੂ ਮਹਾਰਾਜ ਜੀ ਜਲਦੀ ਤੋਂ ਜਲਦੀ ਦਰਸ਼ਨ ਦੇਣ ਦੇ ਹੁਕਮ ਬਖਸ਼ਣ। ਆਓ ਜੀ ਅਸੀਂ ਫਤਿਹ ਸਾਂਝ ਕਰਾਂਗੇ। ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਜੀ, ਆਪ ਦਾ ਸਵਾਗਤ ਹੈ। ਮੇਰੀ ਸਤਸੰਗਤ ਜੋ ਆਪ ਜੀ ਨੂੰ ਦੇਖ ਰਹੇ ਨੇ ਸਾਂਝਾ ਪੰਜਾਬ TV UK ਤੋਂ, ਅਤੇ ਭਾਈ ਸਾਹਿਬ ਜੀ ਜਾਣਨਾ ਚਾਹਾਂਗੇ ਕਿ 6ਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਆਪ ਜੀ ਕਦ ਤੋਂ ਸੇਵਾ ਨਿਭਾ ਰਹੇ ਹੋ? ਇਸ ਸਥਾਨ 'ਤੇ ਜੋ ਮੇਰੀ ਸੇਵਾ ਹੈ ਉਹ ਸੰਨ 2015 ਤੋਂ ਇੱਥੇ ਮੇਰੀ ਸੇਵਾ ਦੀ ਆਰੰਭਤਾ ਹੋਈ ਹੈ। ਅਤੇ ਇਸ ਸਮੇਂ ਦੇ ਵਿੱਚ ਪਹਿਲਾਂ ਇੱਥੇ ਗ੍ਰੰਥੀ ਸਾਹਿਬਾਨ ਕਥਾਵਾਚਕ ਅਤੇ ਉਪਰੰਤ ਹੈੱਡ ਗ੍ਰੰਥੀ ਦੀ ਸੇਵਾ ਇਸ ਸਥਾਨ 'ਤੇ ਜੋ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਦਾਸ ਨਿਭਾ ਰਿਹਾ। ਅਤੇ ਇਹ ਸੇਵਾ ਜਿਹੜੀ ਹੈ ਸਤਿਗੁਰੂ ਪਾਤਸ਼ਾਹ ਆਪ ਹੀ ਲੈ ਰਹੇ ਨੇ। ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਸੰਗਤਾਂ ਦੇ ਨਾਲ ਇੱਥੇ ਜਿਹੜੀਆਂ ਨਿੱਜੀ ਸ਼ਹਿਰ ਦੀਆਂ ਸੰਗਤਾਂ ਨੇ, ਇਲਾਕੇ ਦੀਆਂ ਸੰਗਤਾਂ ਨੇ, ਦੂਰ ਦਰਾਜ ਦੀਆਂ ਸੰਗਤਾਂ ਜੋ ਉਸ ਸਥਾਨ ਨਾਲ ਜੁੜੀਆਂ ਨੇ, ਸੰਗਤਾਂ ਵੱਲੋਂ ਬੜਾ ਪਿਆਰ ਮਿਲ ਰਿਹਾ। ਅਤੇ ਇਹ ਸਭ 6ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੀ ਹੀ ਬਖਸ਼ਿਸ਼ ਹੈ, ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ ਇਹ ਸੇਵਾ ਨਿਭ ਰਹੀ ਹੈ। ਜਿਵੇਂ ਆਪਾਂ ਜੇ ਆਪਾਂ ਗੱਲ ਕਰਦੇ ਹਾਂ ਕਿ ਜਿਸ ਵੇਲੇ ਸਤਸੰਗਤ ਜੀ ਆਪਦੇ ਘਰ ਸੌਂ ਕੇ ਉੱਠਦੇ ਨੇ ਅਤੇ ਗੁਰਦੁਆਰਾ ਸਾਹਿਬ ਦੇ ਜਿਹੜੇ ਵਾਕ ਨੇ ਜਾਂ ਉਹਨਾਂ ਦੇ ਪਵਿੱਤਰ ਜੋ ਉਹਨਾਂ ਦੇ ਵਚਨ ਨੇ, ਜਦੋਂ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਦੇ ਨਾਲ ਸਵੇਰੇ 4 ਵਜੇ, 5 ਵਜੇ, 3 ਵਜੇ ਜਦੋਂ ਵੀ ਉਹ ਉਹਨਾਂ ਦੇ ਕੰਨੀ ਪੈਂਦੇ ਨੇ ਤਾਂ ਉਹਨਾਂ ਦੇ ਦਿਨ ਦਾ ਆਰੰਭ ਹੁੰਦਾ ਹੈ। ਅਤੇ ਆਪ ਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਸਭ ਤੋਂ ਪਹਿਲਾਂ ਜਿਸ ਵੇਲੇ ਗੁਰੂ ਮਹਾਰਾਜ ਦੇ ਵਾਕ ਜਿਹੜੇ ਨੇ ਉਹ ਕੰਨਾਂ ਦੇ ਵਿੱਚ ਪੈਂਦੇ ਨੇ, ਅਤੇ ਸਾਧ ਸੰਗਤ ਤੋਂ ਕੀ ਅਪੀਲ ਕਰਨਾ ਚਾਹੋਗੇ ਕਿ ਉਹ ਕੀ ਉਹਨਾਂ ਨੂੰ ਕਰਨਾ ਚਾਹੀਦਾ ਸਵੇਰੇ ਸਭ ਤੋਂ ਪਹਿਲਾਂ? ਇਹ ਕੋਈ ਅਪੀਲ ਨਹੀਂ, ਇਹ ਗੁਰੂ ਸਾਹਿਬ ਦਾ ਹੁਕਮ ਹੈ। ਕਿਉਂਕਿ ਅਸੀਂ ਮਨੁੱਖ ਕਿਸੇ ਨੂੰ ਅਪੀਲ ਜਾਂ ਬੇਨਤੀ ਕਰ ਸਕਦੇ ਹਾਂ, ਪਰ ਸਤਿਗੁਰੂ ਪਾਤਸ਼ਾਹ ਦਾ ਜੋ ਉਪਦੇਸ਼ ਹੈ ਉਹ ਸਿੱਖ ਦੇ ਲਈ, ਸੰਗਤ ਦੇ ਲਈ ਕੋਈ ਅਪੀਲ, ਕੋਈ ਬੇਨਤੀ ਨਹੀਂ, ਇੱਕ ਆਰਡਰ ਹੈ, ਇੱਕ ਉਹ ਹੁਕਮ ਹੈ। ਅਤੇ ਹੁਕਮ ਦੀ ਜਿਹੜੀ ਪਰਿਭਾਸ਼ਾ ਉਹ ਇਹ ਹੈ ਕਿ ਹੁਕਮ ਜੋ ਹੋ ਜਾਵੇ ਉਹ ਮੰਨਣਾ ਹੀ ਪੈਂਦਾ ਹੈ, ਉਹਦੇ ਅੱਗੇ ਅਸੀਂ ਕੋਈ ਦਲੀਲ ਨਹੀਂ ਰੱਖ ਸਕਦੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ, ਜਿੰਨੇ ਵੀ ਸਤਿਗੁਰੂ ਨੇ ਜੋ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੁਗੋ ਜੁਗ ਅਟਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਸਾਡੇ ਸ਼ਬਦ ਗੁਰੂ ਨੇ, ਉਹਨਾਂ ਦੀ ਬਾਣੀ ਇਹ ਹੁਕਮ ਕਰਦੀ ਹੈ ਕਿ ਪਰਮੇਸ਼ਰ ਨੂੰ ਮਿਲਣ ਦੇ ਲਈ ਸਭ ਤੋਂ ਜੋ ਵਧੀਆ ਢੰਗ ਹੈ, ਜੋ ਅਕਾਲ ਪੁਰਖ ਦੀ ਖੁਸ਼ੀ ਬਖਸ਼ਿਸ਼ ਲੈਣ ਦਾ ਤਰੀਕਾ ਹੈ, ਉਹ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਜੋ ਇੱਕ ਪੈਰ ਰਾਤ ਰਹਿੰਦੀ ਜੋ ਸਮਾਂ ਹੈ, ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਅੰਮ੍ਰਿਤ ਵੇਲੇ ਦਾ ਨਾਮ ਦਿੱਤਾ ਗਿਆ।
ਅਤੇ ਅੰਮ੍ਰਿਤ ਵੇਲੇ ਪਰਮੇਸ਼ੁਰ ਦੀ ਯਾਦ ਵਿੱਚ ਜੁੜਨ ਦਾ ਵਾਰ ਵਾਰ ਹੁਕਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਦੀ ਹੈ, ਜਿਹਦੇ ਸਾਨੂੰ ਪਾਵਨ ਬਾਣੀ ਵਿੱਚੋਂ ਇਹ ਹੁਕਮ ਮਿਲਦੇ ਨੇ, ਉਪਦੇਸ਼ ਮਿਲਦਾ। ਜਿਵੇਂ ਸਾਹਿਬ ਕਹਿੰਦੇ, ਵੱਡੜਾ ਚਾਲ ਚਲੁੰਬਲਾ ਨਾਮੜਾ ਲਈਆ ਕਿਸ ਨਾਉਂ ਲਈਆ ਪਰਮੇਸ਼ੁਰ ਹੈ ਭੰਨਣ ਘੜਨ ਸਮਰੱਥ। ਇਸੇ ਤਰ੍ਹਾਂ ਸਾਹਿਬ ਫਿਰ ਪ੍ਰਮਾਣ ਕਰਦੇ ਨੇ ਕਿ ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਅਰਾਧੇ, ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ ਸੁੱਖ ਸਹਿਜ ਸੇਤੀ ਕਰ ਜਾਤੇ। ਕਿ ਜੋ ਪ੍ਰਭਾਤ ਵੇਲਾ ਹੈ, ਅੰਮ੍ਰਿਤ ਵੇਲਾ ਹੈ, ਉਹਦੇ ਵਿੱਚ ਸਿੱਖ ਨੇ ਉੱਠਣਾ, ਇਸ਼ਨਾਨ ਕਰਕੇ ਸਰੀਰ ਦੀ ਸਫਾਈ ਕਰਨੀ ਹੈ, ਕਿਉਂਕਿ ਇਸ਼ਨਾਨ ਸਾਡੇ ਸਰੀਰ ਨੂੰ ਚੁਸਤੀ ਦਿੰਦਾ। ਉਸ ਤੋਂ ਉਪਰੰਤ ਉਸ ਪਰਮੇਸ਼ੁਰ ਦੀ ਯਾਦ ਵਿੱਚ ਜੁੜਨਾ, ਜਿਹਦਾ ਸਾਨੂੰ ਇਹ ਫਲ ਮਿਲਦਾ ਕਿ ਜੀਵਨ ਦੇ ਵਿੱਚ ਆਉਣ ਵਾਲੀਆਂ ਮੁਸੀਬਤਾਂ ਅਖਿਆਈਆਂ ਉਹ ਪਰਮੇਸ਼ੁਰ ਕਿਰਪਾ ਕਰਕੇ ਉਹ ਸਮਾਂ ਸਾਡਾ ਇਸ ਤਰ੍ਹਾਂ ਲੰਘਾ ਦਿੰਦਾ ਵੀ ਸਾਨੂੰ ਪਤਾ ਹੀ ਨਹੀਂ ਲੱਗਦਾ, ਅਤੇ ਸਾਡੀ ਸੁਰਤ ਚੜ੍ਹਦੀ ਕਲਾ ਵਿੱਚ ਜਾਂਦੀ ਹੈ। ਅਸੀਂ ਮਨ ਕਰਕੇ ਜਿਵੇਂ ਜਿਵੇਂ ਨਾਮ ਜਪਨੇ ਹਾਂ ਉਵੇਂ ਉਵੇਂ ਪਰਮੇਸ਼ੁਰ ਦੇ ਨੇੜੇ ਹੁੰਦੇ ਜਾਂਦੇ ਹਾਂ। ਇਹੀ ਇੱਕ ਮਾਰਗ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਪਾਵਨ ਬਾਣੀ ਵਿੱਚ ਵਾਰ ਵਾਰ ਆਖਿਆ, ਪ੍ਰਾਤਹ ਕਾਲ ਹਰ ਨਾਮ ਉਚਾਰੀ ਈ ਤੂਤ ਕੀ ਓਟ ਸਵਾਰੀ, ਜਿਹਨੂੰ ਅਸੀਂ ਸਵੇਰ ਦਾ ਸਮਾਂ ਅੰਮ੍ਰਿਤ ਵੇਲਾ ਕਹਿੰਦੇ ਹਾਂ, ਸੰਸਕ੍ਰਿਤ ਵਿੱਚ ਉਹਨੂੰ ਪ੍ਰਾਤਹ ਕਾਲ ਕਿਹਾ ਜਾਂਦਾ। ਤਾਂ ਸਤਿਗੁਰਾਂ ਨੇ ਅਸੀਂ ਕੱਲ੍ਹ ਨੂੰ ਕੋਈ ਕਿਸੇ ਤਰ੍ਹਾਂ ਦੀ ਦਲੀਲ ਨਾ ਘੜ ਸਕੀਏ ਵੀ ਸਾਨੂੰ ਤਾਂ ਪਤਾ ਨਹੀਂ ਸਵੇਰ ਕੀ ਹੈ ਅੰਮ੍ਰਿਤ ਵੇਲਾ ਕੀ ਹੈ। ਤਾਂ ਗੁਰੂ ਸਾਹਿਬ ਨੇ ਹਰ ਇੱਕ ਤਕਰੀਬਨ ਭਾਸ਼ਾ ਦਾ ਸ਼ਬਦ ਵਰਤਿਆ ਵੀ ਤੈਨੂੰ ਜੇਕਰ ਅੰਮ੍ਰਿਤ ਵੇਲੇ ਦਾ ਨਹੀਂ ਪਤਾ ਲੱਗਦਾ, ਸਵੇਰ ਦਾ ਨਹੀਂ ਪਤਾ ਲੱਗਦਾ, ਵੱਡੇ ਵੇਲੇ ਦਾ ਨਹੀਂ ਪਤਾ ਲੱਗਦਾ, ਤਾਂ ਪ੍ਰਾਤਹ ਕਾਲ ਨੂੰ ਸਮਝ। ਜਿਹਦਾ ਅਰਥ ਹੈ ਵੀ ਸਵੇਰ ਦਾ ਸਮਾਂ ਜੋ ਅੰਮ੍ਰਿਤ ਵੇਲਾ ਹੈ, ਪਹਿਰ ਰਾਤ ਰਹਿੰਦੀ, ਉਦੋਂ ਉੱਠ ਸਾਹਿਬ ਕਹਿੰਦੇ ਉਸ ਵਾਹਿਗੁਰੂ ਦਾ ਨਾਮ ਉਚਾਰਨ ਕਰ। ਈਤ ਦਾ ਮਤਲਬ ਵੀ ਇੱਥੇ ਦੁਨਿਆਵੀ ਜੀਵਨ ਵਿੱਚ, ਅਤੇ ਊਤ ਦਾ ਮਤਲਬ ਜਦੋਂ ਇਹ ਜੀਵਨ ਸਮਾਪਤ ਹੋਵੇਗਾ ਅੱਗੇ ਪ੍ਰਲੋਕ ਦੇ ਸਫ਼ਰ ਵਿੱਚ ਦੋਵੇਂ ਥਾਂ ਤੇਰੇ ਸੋਰ ਜਾਣਗੇ, ਭਾਵ ਦੋਵਾਂ ਥਾਵਾਂ 'ਤੇ ਤੂੰ ਸਫਲ ਹੋ ਜਾਵੇਂਗਾ। ਤਾਂ ਇਸੇ ਲਈ ਇਹ ਹੁਕਮ ਹੈ ਗੁਰੂ ਸਾਹਿਬ ਦਾ, ਜਿਹਦੇ ਅੱਗੇ ਅਸੀਂ ਕੋਈ ਦਲੀਲ ਨਹੀਂ ਰੱਖ ਸਕਦੇ, ਆਪਣੇ ਆਪ ਨੂੰ ਬਚਾ ਨਹੀਂ ਸਕਦੇ, ਪਰਮੇਸ਼ੁਰ ਨੂੰ ਮਿਲਣ ਲਈ, ਆਤਮਿਕ ਜੀਵਨ ਨੂੰ ਸਵਾਰਨ ਲਈ ਇਹਦੇ ਨਾਲ ਜੁੜਨਾ ਪਵੇਗਾ। ਇਸੇ ਲਈ ਗੁਰੂ ਘਰਾਂ ਦੀ ਜਿਹੜੀ ਮਰਿਆਦਾ ਹੈ, ਚਾਹੇ ਉਹ ਪਿੰਡਾਂ ਵਿੱਚ ਗੁਰਦੁਆਰਾ ਸਾਹਿਬਾਨ ਨੇ, ਚਾਹੇ ਉਹ ਸ਼ਹਿਰਾਂ ਵਿੱਚ ਨੇ, ਚਾਹੇ ਉਹ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੇ, ਚਾਹੇ ਉਹ ਸਿੰਘ ਸਭਾ ਜਾਂ ਹੋਰ ਸੰਸਥਾਵਾਂ ਦੇ ਨਾਲ ਰਿਲੇਟਿਡ ਗੁਰਦੁਆਰਾ ਸਾਹਿਬਾਨ ਨੇ, ਤਾਂ ਹਰ ਥਾਂ 'ਤੇ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਹੁੰਦੇ ਨੇ, ਨਿਤਨੇਮ ਹੁੰਦਾ ਹੈ, ਗੁਰੂ ਕੀ ਸੰਗਤ ਬਾਣੀ ਨਾਲ ਜੁੜਦੀ ਹੈ, ਗੁਰੂ ਘਰ ਹਾਜ਼ਰੀਆਂ ਭਰਦੀ ਹੈ, ਕਿਉਂਕਿ ਇਹ ਸਾਨੂੰ ਸਤਿਗੁਰ ਦਾ ਹੁਕਮ ਹੈ ਜਿਹੜਾ ਸੰਗਤਾਂ ਸਿਰ ਮੱਥੇ ਕਰਕੇ ਮੰਨਦੀਆਂ ਨੇ, ਅਤੇ ਇਹ ਮੰਨਣਾ ਹੀ ਚਾਹੀਦਾ ਹੈ। ਦੇਖੋ ਜੀ, ਗੁਰੂ ਮਹਾਰਾਜ ਦੀ ਬਖਸ਼ਿਸ਼ ਦੀ ਗੱਲ ਕਰੀਏ ਤਾਂ ਕਿੰਨਾ ਉਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਨੂੰ ਇੱਕ ਨਵਾਜ਼ਿਆ ਕਹਾਂਗੇ ਆਪਾਂ, ਜੇ ਸਹੀ ਅਲਫਾਜ਼ ਆਪਾਂ ਯੂਜ਼ ਕਰੀਏ ਤਾਂ ਗੁਰੂ ਮਹਾਰਾਜ ਨੇ ਸੇਵਾ ਬਖਸ਼ੀ ਹੈ ਆਪ ਜੀ ਨੂੰ। ਬਹੁਤ ਹੀ ਕਿਸਮਤ ਵਾਲੇ ਭਾਗਾਂ ਵਾਲਿਆਂ ਨੂੰ ਉਹ ਘਰ ਮਿਲਦਾ ਹੈ ਜਿਨ੍ਹਾਂ ਨੇ ਗੁਰੂ ਘਰ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਕੀ ਆਪ ਜੀ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਜਿਹੜੀ ਅੱਜ ਦੀ ਹੈਗੀ ਹੈ, ਜਿਹੜੀ ਪੱਛਮ ਪਾਸੇ ਭੱਜ ਰਹੀ ਹੈ ਜਾਂ ਲੈਕਚਰ ਗਾਣਿਆਂ ਵੱਲ ਭੱਜ ਰਹੀ ਹੈ ਜਾਂ ਕੁਛ ਇਸ ਤਰ੍ਹਾਂ ਦੀ ਸਿੱਖੀ ਨੂੰ ਜਿਹੜੇ ਤੋਂ ਕੁਛ ਭੁੱਲ ਰਹੇ ਨੇ, ਆਪ ਜੀ ਕੀ ਉਹਨਾਂ ਬੱਚਿਆਂ ਨੂੰ ਕਹਿਣਾ ਚਾਹੋਗੇ? ਉਹਨਾਂ ਬੱਚਿਆਂ ਨੂੰ ਵੀ ਜੋ ਸੇਧ ਮਿਲਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮਿਲਣੀ ਹੈ। ਅਤੇ ਪਾਵਨ ਗੁਰਬਾਣੀ ਦਾ ਫੁਰਮਾਨ ਹੈ, ਸੱਤੀ ਪਹਿਰੀ ਸੱਤ ਭਲਾ ਬਹੀ ਹੈ ਪੜਿਆਂ ਪਾਸ। ਇਹ ਬਚਨ ਜੋ ਸਤਿਗੁਰਾਂ ਨੇ ਕਹੇ ਨੇ,
ਕਿਉਂਕਿ ਜੋ ਸਾਡੇ ਪੰਜਾਬੀ ਸਮਾਜ ਦੇ ਵਿੱਚ ਪ੍ਰਚਲਿਤ ਹੈ ਗੱਲ ਕਿ ਅਸੀਂ ਦਿਨ ਅਤੇ ਰਾਤ ਦੇ ਜੋੜ ਨੂੰ ਕਹਿੰਦੇ ਹਾਂ ਅੱਠ ਪੈਰ, ਚਾਰ ਪੈਰ ਦਿਨ ਦੇ ਮੰਨੇ ਜਾਂਦੇ ਨੇ, ਚਾਰ ਹੀ ਰਾਤ ਦੇ। ਅੱਠਾਂ ਪੈਰਾਂ ਵਿੱਚੋਂ ਇੱਕ ਹੈ ਰਾਤ ਦਾ ਚੌਥਾ ਪੈਰ ਅੰਮ੍ਰਿਤ ਵੇਲਾ, ਉਹ ਅੰਮ੍ਰਿਤ ਵੇਲਾ ਤਾਂ ਸੰਭਾਲਣਾ ਹੀ ਹੈ, ਇਹਦੇ ਤੋਂ ਇਲਾਵਾ ਸੱਤ ਪੈਰ ਹੋਰ ਨੇ, ਕਿਉਂਕਿ ਅੱਠ ਪੈਰ ਬਣ ਗਏ, ਤਿੰਨ ਤਿੰਨ ਘੰਟਿਆਂ ਦਾ ਤਕਰੀਬਨ ਇੱਕ ਪੈਰ ਹੈ, ਬਾਰ੍ਹਾਂ ਘੰਟੇ ਜੇ ਦਿਨ ਦੀ ਵੰਡ ਕਰੀਏ ਤਾਂ ਬਾਰ੍ਹਾਂ ਘੰਟੇ ਰਾਤ, ਕਿਉਂਕਿ ਟੋਟਲ ਚੌਵੀ ਘੰਟੇ ਸਮਾਂ ਹੁੰਦਾ ਹੈ, ਤਾਂ ਉਹਦੇ ਵਿੱਚ ਤਿੰਨ ਘੰਟਿਆਂ ਦੇ ਹਿਸਾਬ ਨਾਲ ਅੱਠ ਪੈਰ ਬਣ ਜਾਂਦੇ ਨੇ। ਤਾਂ ਜਿਹੜੇ ਬਾਕੀ ਦੇ ਵੀ ਸੱਤ ਪੈਰ ਨੇ, ਜੇਕਰ ਅੰਮ੍ਰਿਤ ਵੇਲਾ ਸੰਭਾਲ ਲਿਆ, ਉਸ ਤੋਂ ਉਪਰੰਤ ਉਹ ਸੱਤ ਪੈਰ ਵੀ ਅਸਾਂ ਕਿਵੇਂ ਗੁਜ਼ਾਰਨੇ ਨੇ, ਗੁਰੂ ਸਾਹਿਬ ਨੇ ਇਹਦੇ ਵੱਲ ਵੀ ਸਾਨੂੰ ਸੁਚੇਤ ਹੋਣ ਲਈ ਹੁਕਮ ਦਿੱਤਾ ਕਿ ਅਸੀਂ ਜੇਕਰ ਆਤਮਕ ਜੀਵਨ ਬਣਾਉਣਾ ਤਾਂ ਸਾਨੂੰ ਸੁਚੇਤ ਹੋਣਾ ਪਵੇਗਾ। ਅਤੇ ਉਹ ਸੁਚੇਤ ਹੋਣ ਲਈ ਕੀ ਕਰਨਾ? ਸਾਹਿਬ ਕਹਿੰਦੇ ਨੇ ਵੀ ਤੇਰਾ ਅੰਮ੍ਰਿਤ ਵੇਲਾ ਤਾਂ ਲੇਖੇ ਲੱਗਾ, ਬਾਕੀ ਦੇ ਸੱਤ ਪੈਰ ਵੀ ਤੇਰੇ ਲੇਖੇ ਲੱਗ ਜਾਣ, ਉਹਦੇ ਲਈ ਤੂੰ ਨਾਮ ਨਾਲ ਜੁੜੇ ਧਾਰਮਿਕ ਸੋਚ ਰੱਖਣ ਵਾਲੇ ਸ਼ੁਭ ਗੁਣਾਂ ਨੂੰ ਪਹਿਲ ਦੇਣ ਵਾਲੇ ਜਿਹੜੇ ਗੁਰਸਿੱਖ ਗੁਰਮੁਖ ਜਾਂ ਸੱਜਣ ਮਨੁੱਖ ਨੇ, ਉਹਨਾਂ ਦੇ ਨੇੜੇ ਹੋ ਕੇ ਬਹਿ, ਤਾਂ ਕਿ ਉਹਨਾਂ ਤੋਂ ਤੈਨੂੰ ਜੀਵਨ ਦੀ ਸੇਧ ਮਿਲਦੀ ਰਹੇ। ਤਾਂ ਜੇਕਰ ਅਸੀਂ ਗੁਰਬਾਣੀ ਨਾਲ ਜੁੜੇ ਰਹਾਂਗੇ, ਇਹ ਗੁਰਬਾਣੀ ਸਾਡਾ ਮੂਲ ਹੈ, ਤਾਂ ਫਿਰ ਸਾਡਾ ਜੀਵਨ ਗੁਰੂ ਸਾਹਿਬ ਕਿਰਪਾ ਕਰਕੇ ਬਚਾਉਣਗੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਇੱਕ ਬੜੇ ਵਧੀਆ ਪ੍ਰਮਾਣ ਦੇ ਕੇ ਗੱਲ ਸਮਝਾਉਂਦੇ ਨੇ। ਸਤਿਗੁਰੂ ਗੱਲ ਕਰਦੇ ਨੇ ਇੱਕ ਸਰੋਵਰ ਦੀ, ਸਰੋਵਰ ਦੀ ਗੱਲ ਕਰਦਿਆਂ ਸਤਿਗੁਰਾਂ ਨੇ ਬਚਨ ਕਹੇ ਨੇ ਕਿ ਇੱਕ ਸਰੋਵਰ ਪਾਣੀ ਨਾਲ ਭਰਿਆ ਹੋਇਆ, ਉਹਦੇ 'ਤੇ ਬੜੇ ਸੁੰਦਰ ਕਮਲ ਦੇ ਫੁੱਲ ਖਿੜੇ ਹੋਏ, ਅਤੇ ਉਹਦੀ ਏਡੀ ਸੁੰਦਰਤਾ ਜੇਕਰ ਕੋਈ ਰਾਹੀ ਵਾਟੀ ਉੱਥੋਂ ਲੰਘੇ ਤਾਂ ਇੱਕ ਵਾਰ ਖਿੱਚਿਆ ਜਾਵੇ ਉਸ ਦਾ ਮਨ। ਸਮਾਂ ਬੀਤਿਆ, ਉਹ ਸਰੋਵਰ ਸੁੱਕ ਗਿਆ, ਸਰੋਵਰ ਦਾ ਪਾਣੀ ਸੁੱਕਾ, ਕਮਲ ਦੇ ਫੁੱਲ ਵੀ ਸੁੱਕ ਗਏ ਨੇ, ਕਮਲ ਦੇ ਫੁੱਲ ਸੁੱਕੇ ਨੇ ਅਤੇ ਸੁੰਦਰਤਾ ਵੀ ਖਤਮ ਹੋ ਗਈ ਹੈ, ਹੁਣ ਉਹ ਸਰੋਵਰ ਖਿੱਚ ਦਾ ਕੇਂਦਰ ਨਹੀਂ ਰਿਹਾ। ਅਤੇ ਗੁਰੂ ਸਾਹਿਬ ਨੇ ਉਸ ਸਰੋਵਰ ਨੂੰ ਹੀ ਸਵਾਲ ਕਰਕੇ ਸਾਨੂੰ ਆਤਮਕ ਜੀਵਨ ਦੀ ਸੇਧ ਦਿੱਤੀ। ਸਰੋਵਰ ਨੂੰ ਪੁੱਛਿਆ ਸਾਹਿਬ ਨੇ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ, ਕਹਿ ਦੁੱਖ ਹੈ ਸੜਿਓ ਹੈ ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ, ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ। ਇਸ ਪ੍ਰਕਾਰ ਇਹ ਬਚਨ ਗੁਰੂ ਸਾਹਿਬ ਦੀ ਬਾਣੀ ਦੇ ਨੇ ਵੀ ਸਰੋਵਰ ਨੂੰ ਪੁੱਛਿਆ ਵੀ ਤੂੰ ਤਾਂ ਬੜਾ ਹਰਾ ਭੜਾ ਹਰਿਆ ਭਰਿਆ ਬੜਾ ਸੁੰਦਰਤਾ ਦਾ ਕੇਂਦਰ ਸੀ, ਕਮਲ ਦੇ ਫੁੱਲ ਤੇਰੇ ਵਿੱਚ ਖਿੜੇ ਹੋਏ ਸੀ, ਤੈਨੂੰ ਕਿਹੜਾ ਦੁੱਖ ਲੱਗਾ? ਤੂੰ ਸੜ ਗਿਆ, ਤੇਰਾ ਪਾਣੀ ਮੁੱਕ ਗਿਆ, ਤੇਰੇ ਕਮਲ ਦੇ ਫੁੱਲ ਸੜ ਗਏ ਨੇ, ਇਹਦਾ ਕਾਰਨ ਕੀ ਹੈ? ਅਤੇ ਸਰੋਵਰ ਨੇ ਜੋ ਜਵਾਬ ਦਿੱਤਾ, ਜਵਾਬ ਤਾਂ ਵੈਸੇ ਗੁਰੂ ਸਾਹਿਬ ਦੇ ਆਤਮਕ ਅਨੁਭਵ ਵਿੱਚੋਂ ਨਿਕਲਦਾ ਪਿਆ, ਪਰ ਸਾਨੂੰ ਸਮਝਾਉਣ ਦੇ ਇਹ ਢੰਗ ਗੁਰਬਾਣੀ ਵਿੱਚ ਵਰਤੇ ਗਏ। ਤਾਂ ਸਰੋਵਰ ਵੱਲੋਂ ਇਹ ਜਵਾਬ ਮਿਲਦਾ ਪਿਆ ਕਿ ਜਿੱਥੋਂ ਮੈਨੂੰ ਪਾਣੀ ਮਿਲ ਰਿਹਾ ਸੀ, ਜਿਸ ਸੋਮੇ ਤੋਂ ਮੇਰੇ ਵਿੱਚ ਪਾਣੀ ਆ ਰਿਹਾ ਸੀ, ਕਿਉਂਕਿ ਸਰੋਵਰ ਦਾ ਪਾਣੀ ਕਿਸੇ ਪਾਸੇ ਹੀ ਆਉਂਦਾ, ਜੇ ਆਪਾਂ ਸਰੋਵਰ ਨੂੰ ਭਰਨੇ ਹਾਂ ਪਾਣੀ ਨਾਲ, ਜਾਂ ਮੀਂਹ ਦੇ ਨਾਲ ਭਰਿਆ ਜਾਂਦਾ, ਜਾਂ ਟਿਊਬਵੈੱਲ ਦੇ ਰਾਹੀਂ ਭਰਨੇ ਹਾਂ, ਜਾਂ ਕੋਈ ਨਹਿਰ ਤੋਂ ਪਾਣੀ ਲਿਆਉਂਦੇ ਹਾਂ, ਜਿੱਥੋਂ ਮੈਨੂੰ ਪਾਣੀ ਮਿਲ ਰਿਹਾ ਸੀ ਉਹ ਮੇਰੇ ਸੋਮੇ ਤੋਂ ਮੈਨੂੰ ਤੋੜ ਦਿੱਤਾ ਗਿਆ, ਹੁਣ ਮੈਨੂੰ ਪਾਣੀ ਨਹੀਂ ਮਿਲ ਰਿਹਾ, ਅਤੇ ਇਸ ਕਰਕੇ ਮੇਰਾ ਸੋਮਾ ਜਿੱਥੋਂ ਮੈਨੂੰ ਪਾਣੀ ਮਿਲ ਰਿਹਾ ਸੀ ਮੂਲ ਮੇਰਾ ਟੁੱਟ ਗਿਆ, ਤਾਂ ਉਸ ਕਰਕੇ ਅੱਜ ਮੇਰੀ ਇਹ ਹਾਲਤ ਹੋ ਗਈ। ਇਹ ਸਾਨੂੰ ਸਮਝਾਇਆ ਵੀ ਜੇਕਰ ਧਰਮ ਨਾਲ ਗੁਰਬਾਣੀ ਨਾਲ ਇਸ ਮੂਲ ਨਾਲ ਜੁੜੇ ਰਹਾਂਗੇ,
ਅਤੇ ਜੀਵਨ ਵਿੱਚ ਖੇੜਾ ਅਤੇ ਖੁਸ਼ੀਆਂ ਬਣੇ ਰਹਿਣਗੇ, ਆਤਮਕ ਵਿਕਾਸ ਬਣਿਆ ਰਹੇਗਾ, ਅਤੇ ਜੇ ਟੁੱਟ ਜਾਵਾਂਗੇ ਤਾਂ ਫਿਰ ਹਾਲਤ ਸਰੋਵਰ ਵਰਗੀ ਹੋ ਜਾਵੇਗੀ। ਇਸੇ ਲਈ ਦੁਨਿਆਵੀ ਜੀਵਨ ਵਿੱਚ ਜਿਵੇਂ ਅੱਜ ਦਾ ਸਮਾਂ, ਸਾਨੂੰ ਦੁਨਿਆਵੀ ਪਦਾਰਥਾਂ ਦੇ ਲਈ ਵੀ ਕਰਮ ਕਰਨੇ ਪੈਂਦੇ ਨੇ, ਜੋ ਸਮੇਂ ਦਾ ਵਿਧਾਨ ਹੈ ਉਹਦੇ ਵਿੱਚ ਰਹਿ ਕੇ ਸਾਨੂੰ ਚੱਲਣਾ ਪੈਂਦਾ। ਚੱਲਣ ਦੀ ਮਨਾਹੀ ਨਹੀਂ ਗੁਰੂ ਸਾਹਿਬ ਨੇ ਕੀਤੀ, ਕਿਉਂਕਿ ਗੁਰੂ ਸਾਹਿਬ ਦੁਨਿਆਵੀ ਸੁੱਖ, ਭੌਤਿਕ ਸੁੱਖ ਅਸੀਂ ਮਾਣੀਏ ਇਹਦੇ ਖਿਲਾਫ ਨਹੀਂ, ਪਰ ਗੁਰੂ ਸਾਹਿਬ ਨੇ ਸਾਨੂੰ ਜੁਗਤ ਦਿੱਤੀ ਹੈ, ਉਹ ਜੁਗਤ ਨਾਲ ਅਸੀਂ ਜੀਵਨ ਜਿਉਣਾ ਹੈ। ਸੰਸਾਰ ਦੇ ਪਦਾਰਥ, ਭੌਤਿਕ ਸੁੱਖ, ਆਨੰਦ ਵੀ ਮੰਨਣੇ ਨੇ, ਪਰ ਇਹਨਾਂ ਨੂੰ ਮਾਣਦਿਆਂ ਅਸਾਂ ਗੁਰਬਾਣੀ ਦੀ ਸੇਧ ਨਹੀਂ ਭੁੱਲਣੀ, ਤਾਂ ਕਿ ਸਾਡੇ ਜੀਵਨ ਵਿੱਚ ਆਤਮਕ ਰਸ ਵੀ ਬਣਿਆ ਰਹੇ। ਜਿਵੇਂ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ, ਖੇਲਦਿਆਂ, ਪਹਿਨਦਿਆਂ, ਖਵੰਦਿਆਂ ਵਿੱਚੇ ਹੋਵੇ ਮੁਕਤ। ਕਿ ਜੇ ਗੁਰੂ ਮਿਲ ਪਵੇ, ਗੁਰੂ ਦਾ ਉਪਦੇਸ਼ ਸਮਝ ਆ ਜਾਵੇ ਅਤੇ ਉਸਨੂੰ ਜੀਵਨ ਵਿੱਚ ਧਾਰਨ ਕਰ ਲਈਏ, ਫਿਰ ਤਾਂ ਜੀਵਨ ਜਿਉਣਾ ਹੀ ਬੜਾ ਵਧੀਆ ਹੋ ਜਾਂਦਾ। ਜੀਵਨ ਦੇ ਭੌਤਿਕ ਸੁੱਖ ਮਾਣਦਿਆਂ, ਹੱਸਦਿਆਂ, ਖੇਡਦਿਆਂ, ਖਾਂਦਿਆਂ ਅਤੇ ਪਾਉਂਦਿਆਂ ਮੁਕਤੀ ਵੀ ਮਿਲ ਜਾਂਦੀ, ਭਾਵ ਮਾਇਕ ਬੰਧਨਾਂ ਤੋਂ ਮਨ ਨੂੰ ਖਲਾਸੀ ਵੀ ਮਿਲ ਜਾਂਦੀ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜੋ ਵੀ ਗੁਰਬਾਣੀ ਵਿੱਚੋਂ ਸੇਧ ਸਾਨੂੰ ਮਿਲਦੀ ਹੈ, ਅਸੀਂ ਸੰਸਾਰ ਦੇ ਕਰਮ ਕਮਾਉਣੇ ਨੇ, ਲੋੜ ਮੁਤਾਬਕ ਸਾਨੂੰ ਕਮਾਉਣੇ ਪੈਣੇ ਨੇ। ਅਤੇ ਗੁਰੂ ਸਾਹਿਬ ਕਹਿੰਦੇ ਨੇ, ਕਿਉਂਕਿ ਸਿੱਖ ਕਿਸੇ ਦੇ ਸਿਰ 'ਤੇ, ਕਿਸੇ ਦੇ ਮੁਥਾਜ ਰਹਿ ਕੇ ਪਲਣ ਵਾਲੇ ਲਈ ਨਹੀਂ ਬਣਾਇਆ ਗਿਆ। ਸਿੱਖ ਆਪਣੀ ਕਿਰਤ ਕਰੇ, ਕਰਮ ਕਰੇ, ਪਰ ਗੁਰਬਾਣੀ ਨਾਲ ਵੀ ਜੁੜਿਆ ਰਹੇ, ਤਾਂ ਇਸ ਸੰਸਾਰ ਦੀ ਇਹ ਚਕਾਚੌਂਦ ਵਿੱਚ ਉਹ ਕਦੀ ਨਹੀਂ ਭੁੱਲਣਗੇ ਜਿਨ੍ਹਾਂ ਦੇ ਕੋਲ ਗੁਰੂ ਦਾ ਉਪਦੇਸ਼ ਹੈ। ਇਸੇ ਲਈ ਅਸੀਂ ਗੁਰਬਾਣੀ ਨਾਲ ਜੁੜੀਏ, ਜੀਵਨ ਦੇ ਵਿੱਚ ਰੋਜ਼ ਦੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਗੁਰੂ ਘਰ ਆਈਏ, ਸਾਧ ਸੰਗਤ ਕਰੀਏ। ਜਾਂ ਅੱਜ ਤਾਂ ਸਾਇੰਸ ਨੇ ਸਾਧਨ ਵੀ ਬੜੇ ਬਣਾ ਦਿੱਤੇ ਨੇ, ਅੱਜ ਅਸੀਂ ਮੋਬਾਈਲਾਂ ਰਾਹੀਂ, ਟੈਲੀਵਿਜ਼ਨ ਦੇ ਚੈਨਲਾਂ ਰਾਹੀਂ ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਕੀਰਤਨ ਸੁਣ ਸਕਦੇ ਹਾਂ। ਤਾਂ ਜਿੱਥੇ ਅਸੀਂ ਦੂਜੇ ਪ੍ਰੋਗਰਾਮ ਵੇਖਦੇ ਹਾਂ, ਉੱਥੇ ਅਸੀਂ ਜਿਹੜਾ ਗੁਰਬਾਣੀ ਦੇ ਕੀਰਤਨ ਦਾ ਸਮਾਂ ਹੈ ਜਾਂ ਕੋਈ ਕਥਾ ਵਿਦਵਾਨ ਕਰ ਰਹੇ ਨੇ, ਉਹ ਵੀ ਜ਼ਰੂਰ ਸੁਣੀਏ, ਤਾਂ ਕਿ ਸਾਨੂੰ ਜੀਵਨ ਦੇ ਸੱਚ ਦੀ ਸੇਧ ਮਿਲਦੀ ਰਹੇ। ਕਿਉਂਕਿ ਸਦਾ ਅਸਾਂ ਸੰਸਾਰ 'ਤੇ ਨਹੀਂ ਰਹਿਣਾ। ਗੁਰਬਾਣੀ ਕਹਿੰਦੀ ਏ ਇਹ ਗੱਲ ਦਾ ਖਿਆਲ ਰੱਖੀ ਕਿ ਇਸ ਸੰਸਾਰ ਤੋਂ ਤੂੰ ਜਾਣਾ ਵੀ, ਤਾਂ ਅੱਗੇ ਜਿੱਥੇ ਤੂੰ ਜਾਣਾ ਹੈ ਉੱਥੋਂ ਦਾ ਜੀਵਨ ਵੀ ਸੌਖਾ ਕਰ। ਤਾਂ ਉਹਦੇ ਲਈ ਸਾਨੂੰ ਗੁਰਬਾਣੀ ਦੇ ਉਪਦੇਸ਼ ਦੇ ਅਨੁਸਾਰ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਜ਼ਰੂਰੀ ਹੈ। ਤਾਂ ਜਦੋਂ ਸਾਡੇ ਕੋਲ ਗੁਰੂ ਦਾ ਉਪਦੇਸ਼ ਹੋਵੇਗਾ, ਫਿਰ ਇਹ ਸੰਸਾਰ ਦੀ ਚੱਕਾਚੌਂਦ ਸਾਨੂੰ ਭੁਲਾ ਨਹੀਂ ਸਕਦੇ। ਫਿਰ ਅਸੀਂ ਸੰਸਾਰ ਵਿੱਚ ਰਹਿੰਦਿਆਂ ਹੀ ਉਸ ਮਾਰਗ ਨੂੰ ਸਮਝ ਲਵਾਂਗੇ, ਜਿਹੜਾ ਮਾਰਗ ਇਹ ਸੋਝੀ ਸਾਨੂੰ ਦੇਵੇਗਾ। ਸਾਡੇ ਅੰਦਰੋਂ ਹੀ ਇਹ ਸੋਝੀ ਬਣੇਗੀ ਗੁਰੂ ਦੀ ਮਤ ਨਾਲ, ਵੀ ਸੰਸਾਰ ਦੇ ਰਸਤੇ ਮੰਨਣੇ ਨੇ ਪਰ ਇਹਨਾਂ ਵਿੱਚ ਫਸਣਾ ਨਹੀਂ। ਇਹ ਸਾਨੂੰ ਗੁਰੂ ਸਾਹਿਬ ਦੀ ਬਾਣੀ 'ਚੋਂ ਉਪਦੇਸ਼ ਮਿਲਣਾ ਹੈ ਅਤੇ ਉਹਦੇ ਨਾਲ ਜੁੜ ਕੇ ਹੀ ਸਾਡਾ ਭਲਾ ਹੋਣਾ ਹੈ। ਇੱਕ ਮਹਾਰਾਜ ਦੀ ਜੇ ਬਾਣੀ, ਗੁਰੂ ਮਹਾਰਾਜ ਦੀ ਬਾਣੀ ਦੀ ਜੇ ਆਪਾਂ ਗੱਲ ਕਰਦੇ ਹਾਂ, ਸੱਚੇ ਪਾਤਸ਼ਾਹ ਜੀ ਦੇ ਜਿਹੜੇ ਮਹਾਂਵਾਕਾਂ ਦੀ ਗੱਲ ਜੇ ਕਰਦੇ ਹਾਂ, ਤਾਂ ਆਪਾਂ ਇਹੀ ਕਹਿੰਦੇ ਹਾਂ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਵੇ। ਜੇ ਬੰਦੇ ਦਾ ਚਿੱਤ ਹੈ, ਇਨਸਾਨ ਦਾ ਚਿੱਤ ਹੈ, ਜੇ ਗੁਰੂ ਮਹਾਰਾਜ ਦੀ ਸੇਵਾ ਉਹ ਦਿਲੋਂ ਕਰਦਾ ਹੈ ਤਾਂ ਫਲ ਜ਼ਰੂਰ ਮਿਲਦਾ ਹੈ। ਅਤੇ ਮੈਂ ਜਾਣਨਾ ਚਾਹੂੰਗਾ, ਜਿਸ ਇਤਿਹਾਸਿਕ ਧਰਤੀ 'ਤੇ ਗੁਰੂ ਮਹਾਰਾਜ ਨੇ ਹੁਕਮਨਾਮਾ ਬਖਸ਼ਿਆ ਸਾਨੂੰ ਤੁਹਾਡੇ ਰੂਬਰੂ ਹੋਣ ਦਾ, ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦਾ, ਇਹਦਾ ਇਤਿਹਾਸ ਸਾਡੀ ਜਿਹੜੀ ਸੰਗਤ ਤੁਹਾਨੂੰ ਦੇਖ ਰਹੀ, ਦੇਸ਼ ਵਿਦੇਸ਼ਾਂ 'ਚ ਬੈਠੇ, ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ ਜਿਹੜੇ ਮੇਰੇ ਦੇਖਣ ਦਰਸ਼ਕ ਬੈਠੇ ਨੇ, ਉਹਨਾਂ ਨੂੰ ਵੀ ਥੋੜ੍ਹਾ ਜਾਗਰੂਕ ਕਰੋ ਕਿ ਗੁਰੂ ਮਹਾਰਾਜ ਦੀ ਧਰਤੀ, ਸੱਚੀ ਧਰਤੀ ਦਾ, ਸੱਚੇ ਪਾਤਸ਼ਾਹ ਦੀ ਧਰਤੀ ਦਾ ਕੀ ਇਤਿਹਾਸ ਹੈ।
ਜੇਕਰ ਇਤਿਹਾਸ ਦੇ ਪੱਖ ਨੂੰ ਲੈ ਕੇ ਚੱਲੀਏ ਤਾਂ ਜਿਸ ਨਗਰ ਵਿੱਚ, ਜਿਸ ਸ਼ਹਿਰ ਵਿੱਚ ਇਹ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਇੱਥੇ ਗੁਰ ਇਤਿਹਾਸ ਦਾ ਪੱਖ ਵੀ ਬੜਾ ਮਹਾਨ ਹੈ। ਕਿਉਂਕਿ ਇਸ ਧਰਤੀ 'ਤੇ ਵੈਸੇ ਤਾਂ ਧਾਰਮਿਕ ਤੌਰ 'ਤੇ ਪੁਰਾਤਨ ਸਮੇਂ ਤੋਂ ਹੀ ਭਾਰਤ ਵਿੱਚ ਇਹ ਧਾਰਮਿਕ ਨਗਰੀ ਮੰਨੀ ਗਈ ਹੈ, ਅਤੇ ਇਸ ਨਗਰੀ ਦੀ ਸ਼ੋਭਾ ਹੋਰ ਵੀ ਵੱਧ ਗਈ ਕਿਉਂਕਿ ਇੱਥੇ 8 ਗੁਰੂ ਸਾਹਿਬਾਨਾਂ ਦੇ, 10 ਗੁਰੂ ਸਾਹਿਬਾਂ ਦੇ ਵਿੱਚੋਂ 8 ਗੁਰੂ ਸਾਹਿਬਾਨਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਹੋਣ ਦਾ ਸੁਭਾਗ ਇਸ ਧਰਤੀ ਨੂੰ ਮਿਲਿਆ। ਇਸ ਕੁਰਸ਼ੇਤਰ ਸ਼ਹਿਰ ਦੀ ਧਰਤੀ 'ਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਪਣੇ ਚਰਨ ਪਾਏ ਨੇ। ਇਸ ਤੋਂ ਉਪਰੰਤ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਅਤੇ ਉਹਨਾਂ ਦੇ ਨਾਲ ਸਿੱਖ ਰੂਪ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਉਹਨਾਂ ਨੇ ਵੀ ਇਸ ਧਰਤੀ ਨੂੰ ਭਾਗ ਲਾਏ ਨੇ। ਉਹਨਾਂ ਤੋਂ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ, ਮੀਰੀ ਪੀਰੀ ਦੇ ਮਾਲਕ ਸਤਿਗੁਰੂ, ਜਿਨ੍ਹਾਂ ਦੇ ਅਸਥਾਨ 'ਤੇ ਦਾ ਸੇਵਾ ਨਿਭਾ ਰਹੇ ਹੈ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਇਸ ਅਸਥਾਨ 'ਤੇ ਉਹਨਾਂ ਨੇ 2 ਵਾਰ ਆਪਣੀ ਚਰਨ ਛੋਹ ਇਸ ਅਸਥਾਨ ਨੂੰ ਬਖਸ਼ੀ। 2 ਵਾਰ ਇੱਥੇ ਸਤਿਗੁਰੂ ਮੇਹਰ ਦੇ ਘਰ ਵਿੱਚ ਆ ਕੇ ਆਏ ਨੇ ਅਤੇ ਇੱਥੇ ਉਹਨਾਂ ਨੇ ਇਸ ਧਰਤੀ ਨੂੰ ਭਾਗ ਲਾਏ ਨੇ। 6ਵੇਂ ਪਾਤਸ਼ਾਹ ਤੋਂ ਉਪਰੰਤ 7ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਅਤੇ 8ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਉਹਨਾਂ ਨੇ ਵੀ ਇਸ ਕੁਰਸ਼ੇਤਰ ਦੇ ਨਗਰ ਨੂੰ ਭਾਗ ਲਾਏ ਨੇ। 9ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹ ਵੀ ਇਸ ਨਗਰੀ ਵਿੱਚ ਪਹੁੰਚੇ ਨੇ ਅਤੇ ਉਹਨਾਂ ਤੋਂ ਉਪਰੰਤ 10ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਵੀ ਚਰਨ ਛੋਹ ਪ੍ਰਾਪਤ ਇਸ ਧਰਤੀ ਨੂੰ ਹੋਈ ਹੈ। ਤਾਂ 8 ਗੁਰੂ ਸਾਹਿਬਾਨ, 10 ਗੁਰੂ ਸਾਹਿਬਾਂ ਦੇ ਵਿੱਚੋਂ 8 ਗੁਰੂ ਸਾਹਿਬਾਨ ਇਸ ਧਰਤੀ 'ਤੇ ਸਤਿਗੁਰਾਂ ਨੇ ਇਸ ਧਰਤੀ ਨੂੰ ਨਵਾਜਿਆ ਅਤੇ ਉਹਨਾਂ ਸਤਿਗੁਰਾਂ ਦੇ ਜਿੱਥੇ ਵੀ ਗੁਰੂ ਸਾਹਿਬ ਆਏ ਨੇ ਉਸ ਮੁਤਾਬਕ ਗੁਰਦੁਆਰਾ ਸਾਹਿਬ ਵੀ ਸੁਭਾਏਮਾਨ ਨੇ। ਗੁਰੂ ਨਾਨਕ ਪਾਤਸ਼ਾਹ ਜਿਸ ਅਸਥਾਨ 'ਤੇ ਆਏ ਉੱਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ, ਅਤੇ ਤੀਜੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਉਹਨਾਂ ਦੇ ਨਾਲ ਸਿੱਖ ਰੂਪ ਵਿੱਚ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, 7ਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਅਤੇ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਉਹਨਾਂ ਦੀ ਚਰਨ ਛੋਹ ਪ੍ਰਾਪਤ ਜਿਹੜਾ ਅਸਥਾਨ ਹੈ ਉਹਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ 7ਵੀਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਹਿੰਦੇ ਹਾਂ ਅਸੀਂ ਗੁਰਦੁਆਰਾ ਸਾਹਿਬ ਪਾਤਸ਼ਾਹੀ 7ਵੀਂ, ਪਰ ਉੱਥੇ 4 ਸਤਿਗੁਰੂ ਪਾਤਸ਼ਾਹ ਜਿਹਦੇ ਵਿੱਚੋਂ 3 ਗੁਰੂ ਸਾਹਿਬਾਨ ਅਤੇ 4ਥੇ ਗੁਰੂ ਸਿੱਖ ਰੂਪ ਦੇ ਵਿੱਚ 3ਜੇ ਪਾਤਸ਼ਾਹ ਦੇ ਨਾਲ ਉੱਥੇ ਸਤਿਗੁਰਾਂ ਨੇ ਆਉਣਾ ਕੀਤਾ। ਅਤੇ ਇਸੇ ਤਰ੍ਹਾਂ 6ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਸ ਅਸਥਾਨ 'ਤੇ ਉਹਨਾਂ ਨੇ ਭਾਗ ਲਾਏ ਨੇ, ਇਹਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਕਿਹਾ ਜਾਂਦਾ ਹੈ। 2 ਵਾਰ ਸਤਿਗੁਰੂ ਇੱਥੇ ਪਹੁੰਚੇ ਨੇ। 9ਵੇਂ ਪਾਤਸ਼ਾਹ ਦੇ ਇਤਿਹਾਸ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ 9ਵੀਂ ਅਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਇੱਥੇ 2 ਅਸਥਾਨ ਨੇ। ਇੱਕ ਅਸਥਾਨ ਬ੍ਰਹਮ ਸਰੋਵਰ ਦੇ ਨਜ਼ਦੀਕ ਹੈ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ, ਅਤੇ ਦੂਜਾ ਅਸਥਾਨ ਗੁਰਦੁਆਰਾ ਪਟਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹ ਵੀ 10ਵੇਂ ਪਾਤਸ਼ਾਹ ਦੇ ਇਤਿਹਾਸ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈ। ਤਾਂ ਇਹ 6ਵੇਂ ਪਾਤਸ਼ਾਹ ਇਸ ਅਸਥਾਨ 'ਤੇ ਪਹੁੰਚੇ ਨੇ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਵਿਖੇ। 2 ਵਾਰ ਗੁਰੂ ਸਾਹਿਬ ਨੇ ਇਸ ਅਸਥਾਨ ਨੂੰ ਭਾਗ ਲਾਏ ਨੇ। ਇੱਕ ਵਾਰ 'ਤੇ ਜਦੋਂ ਦਿੱਲੀ ਤੋਂ ਚੰਦੂ ਨੂੰ ਨੱਕ ਵਿੱਚ ਨਕੇਲ ਪਾ ਕੇ ਸਤਿਗੁਰੂ ਲਾਹੌਰ ਲੈ ਕੇ ਜਾਣ ਲਈ ਪਹੁੰਚੇ ਅਤੇ ਇਸ ਅਸਥਾਨ 'ਤੇ ਗੁਰੂ ਸਾਹਿਬ ਨੇ ਪੜਾਓ ਕੀਤਾ। ਉਹਨਾਂ ਤੋਂ ਉਪਰੰਤ
ਦੂਸਰੀ ਵਾਰ ਕੀ ਹੋਇਆ ਕਿ ਨਾਨਕ ਮਤੇ ਜੋ ਗੁਰੂ ਨਾਨਕ ਪਾਤਸ਼ਾਹ ਦੇ ਬਖਸ਼ਿਸ਼ ਦੇ ਨਾਲ ਨਵਾਜਿਆ ਹੋਇਆ ਪਿੱਪਲ ਸੀ, ਉਸ ਪਿੱਪਲ ਨੂੰ ਸਮਾਂ ਵੇਖ ਕੇ ਉੱਥੋਂ ਦੇ ਸਿੱਧਾਂ ਨੇ ਦੁਬਾਰਾ ਨੁਕਸਾਨ ਪਹੁੰਚਾਇਆ ਅਤੇ ਉਸ ਅਸਥਾਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਸੇਵਾ ਕਰਦੇ ਸਨ ਗੁਰੂ ਸਾਹਿਬ ਦੇ ਸਿੱਖ ਭਾਈ ਅਲਮਸਤ ਜੀ। ਉਹਨਾਂ ਨੇ 6ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਪੁਕਾਰ ਕੀਤੀ ਤਾਂ ਗੁਰੂ ਸਾਹਿਬ ਨਾਨਕ ਮਤੇ ਕੁਝ ਸਵਾਰਾਂ ਨੂੰ ਲੈ ਕੇ ਪਹੁੰਚੇ। ਉਸ ਅਸਥਾਨ ਤੋਂ ਦੇ ਜੋ ਸਿੱਧ ਸਨ ਉਹਨਾਂ ਸਿੱਧਾਂ ਦਾ ਕਬਜ਼ਾ ਉੱਥੋਂ ਹਟਾਇਆ ਅਤੇ ਉਸ ਪਿੱਪਲ ਨੂੰ, ਯਾਦਗਾਰੀ ਪਿੱਪਲ ਨੂੰ ਜੋ ਸਿੱਧਾਂ ਨੇ ਨੁਕਸਾਨ ਕੀਤਾ ਸੀ, ਗੁਰੂ ਸਾਹਿਬ ਨੇ ਦੁਬਾਰਾ ਸੁਰਜੀਤ ਕੀਤਾ ਜੋ ਅੱਜ ਵੀ ਉੱਥੇ ਮੌਜੂਦ ਹੈ। ਤਾਂ ਵਾਪਸ ਆਉਂਦੇ ਸਮੇਂ ਸਤਿਗੁਰਾਂ ਨੇ ਫਿਰ ਇਸ ਅਸਥਾਨ 'ਤੇ ਚਰਨ ਪਾਏ ਤਾਂ 2 ਵਾਰ ਗੁਰੂ ਸਾਹਿਬ ਨੇ ਇਸ ਅਸਥਾਨ ਨੂੰ ਬਖਸ਼ਿਸ਼ ਕੀਤੀ ਹੈ। ਇਤਿਹਾਸ ਦੇ ਮੁਤਾਬਕ ਜੋ ਇੱਥੇ ਪ੍ਰਚਲਿਤ ਇਤਿਹਾਸ ਹੈ ਕਿ ਇੱਥੇ ਇੱਕ ਕੋਹੜੀ ਫਕੀਰ ਦਾ ਸਤਿਗੁਰਾਂ ਨੇ ਆਪਣੀ ਮਿਹਰ ਦੇ ਨਾਲ ਕੋਹੜ ਵੀ ਦੂਰ ਕੀਤਾ ਅਤੇ ਇੱਕ ਨੇਤਰਹੀਣ ਮਾਈ ਨੂੰ ਅੱਖਾਂ ਦੀ ਜੋਤ ਬਖਸ਼ੀ, ਕਿਉਂਕਿ ਗੁਰੂ ਸਾਹਿਬ ਬਖਸ਼ਿਸ਼ਾਂ ਦੇ ਮਾਲਕ ਸਨ। ਜੇਕਰ ਰਹਿਮਤ ਦੇ ਘਰ ਵਿੱਚ ਆਉਂਦੇ ਸਨ ਤਾਂ ਬਹੁਤ ਕੁਝ ਕਰ ਦਿੰਦੇ ਸਨ। ਇਸੇ ਲਈ ਅੱਜ ਵੀ ਇਹਨਾਂ ਅਸਥਾਨਾਂ 'ਤੇ ਗੁਰੂ ਕੀਆਂ ਸੰਗਤਾਂ ਹੁੰਦੀਆਂ ਨੇ। ਅਸੀਂ ਨਹੀਂ ਕਹਿੰਦੇ ਕੋਈ ਸਾਡੇ ਪ੍ਰਚਾਰ ਨੂੰ ਮੁੱਖ ਰੱਖ ਕੇ ਆਉਂਦਾ ਜਾਂ ਕੋਈ ਸਾਡੇ ਮੂੰਹ ਨੂੰ ਆਉਂਦਾ, ਇਹ ਸਭ ਗੁਰੂ ਸਾਹਿਬਾਂ ਦੀ ਬਖਸ਼ਿਸ਼ ਲੈਣ ਲਈ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆਉਂਦੀਆਂ ਨੇ ਅਤੇ ਅੱਜ ਵੀ ਉਹ ਬਖਸ਼ਿਸ਼ ਇੱਥੇ ਵਰਤ ਰਹੀ ਹੈ ਅਤੇ ਜਿਹਦੇ ਵਿੱਚੋਂ ਸੰਗਤਾਂ ਮਿਹਰਾਂ ਪ੍ਰਾਪਤ ਕਰਦੀਆਂ ਨੇ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਦਾਰਾ ਸਿੱਖਾਂ ਨੂੰ ਅਤੇ ਸੰਗਤ ਇੱਥੇ ਦੂਰ ਦੁਰਾਡੇ ਤੋਂ ਨਜ਼ਦੀਕ ਤੋਂ ਨਿੱਜੀ ਤੌਰ 'ਤੇ ਜੁੜੀ ਹੋਈ ਹੈ ਅਤੇ ਸੰਗਤਾਂ ਇਸ ਅਸਥਾਨ 'ਤੇ ਤਨ ਮਨ ਧਨ ਦੇ ਨਾਲ ਸੇਵਾ ਕਰਦੀਆਂ ਨੇ। ਇਹ ਸਭ ਅਸੀਂ ਗੁਰੂ ਸਾਹਿਬ ਦੀ ਕਿਰਪਾ ਕਹਾਂਗੇ। ਇਹ ਇੱਥੋਂ ਦਾ ਪਾਵਨ ਇਤਿਹਾਸ ਹੈ ਜੋ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਦੀ ਇੱਥੇ ਬੜੀ ਅਪਾਰ ਰਹਿਮਤ ਅਤੇ ਬਖਸ਼ਿਸ਼ ਹੈ। ਤਾਂ ਇਸ ਅਸਥਾਨ ਦੇ ਨਾਲ ਗੁਰੂ ਕੀ ਸੰਗਤ ਜੁੜੀ ਹੋਈ ਹੈ। ਪੂਰੀ ਦੁਨੀਆ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਗੁਰੂ ਦਾ ਘਰ ਉਹ ਹੈ ਜਿੱਥੋਂ ਕੋਈ ਭੁੱਖਾ ਨਹੀਂ ਗਿਆ, ਜਿੱਥੇ ਛੱਤ ਕਿਤੇ ਦੁਨੀਆ 'ਚ ਮਿਲੇ ਨਾ ਮਿਲੇ, ਲੇਕਿਨ ਗੁਰੂ ਘਰ ਦੇ ਵਿੱਚ ਛੱਤ ਜ਼ਰੂਰ ਮਿਲਦੀ ਹੈ। ਨਿਆਸਰਿਆਂ ਨੂੰ ਆਸਰੇ ਮਿਲਦੇ ਹਨ ਅਤੇ ਹਰ ਜਗ੍ਹਾ ਜੇ ਆਪਾਂ ਜੇ ਗੱਲ ਕਰੀਏ ਤਾਂ 6ਵੇਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵੀ ਜਿਸ ਵੇਲੇ ਕਰੋਨਾ ਦੀ ਜੇ ਆਪਾਂ ਗੱਲ ਕਰਦੇ ਹਾਂ ਜਾਂਦੇ ਹੋਏ, ਅਤੇ ਕਰੋਨਾ ਦਾ ਜਿਸ ਵੇਲੇ ਬਹੁਤ ਜ਼ਿਆਦਾ ਕਹਿਰ ਇਸ ਵੇਲੇ ਚੱਲ ਰਿਹਾ ਸੀਗਾ, ਫਿਰ ਵੀ ਗੁਰੂ ਧਰਤੀ ਦੇ ਉੱਤੇ ਬਹੁਤ ਰਹਿਮਤ ਰਹੀ ਕਿ ਹੋਰ ਸ਼ਹਿਰਾਂ ਦੇ ਮੁਕਾਬਲੇ ਜੇ ਆਪਾਂ ਗੱਲ ਕਰੀਏ, ਗੁਰੂ ਮਹਾਰਾਜ ਨੇ ਬਹੁਤ ਬਖਸ਼ਿਸ਼ ਰੱਖੀ, ਸਾਡੇ ਪ੍ਰਸ਼ਾਸਨ ਨੇ ਬਹੁਤ ਬਖਸ਼ਿਸ਼ ਰੱਖੀ, ਮਿਹਨਤ ਕੀਤੀ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਰਹੀ ਉਹਨਾਂ ਉੱਤੇ ਕਿ ਇੱਥੇ ਕੋਈ ਇਸ ਤਰ੍ਹਾਂ ਦੀ ਬਿਮਾਰੀ ਦਾ ਅਸਰ ਨਹੀਂ ਆ ਪਾਇਆ। ਲੇਕਿਨ ਉਸ ਵੇਲੇ ਵੀ ਇੱਥੇ ਲੰਗਰ ਅਟੂਟ ਚੱਲਦਾ ਰਿਹਾ, ਜਿਹੜਾ 1 ਮਹੀਨੇ ਅਟੂਟ ਲੰਗਰ ਚੱਲਿਆ, ਉਹਦੇ ਬਾਰੇ ਵੀ 2 ਗੱਲਾਂ ਜ਼ਰੂਰ ਸਾਡੇ ਦਰਸ਼ਕਾਂ ਦੱਸੋ। ਇਹ ਲੰਗਰ ਵੀ ਜੋ ਹੈ ਇਹ ਗੁਰੂ ਕੀ ਬਖਸ਼ਿਸ਼ ਹੈ। ਸਿਧਾਂਤਾਂ ਮੁਤਾਬਕ ਗੁਰੂ ਘਰ ਦੇ ਵਿੱਚ 2 ਲੰਗਰ ਵਰਤਦੇ ਨੇ, ਇੱਕ ਨੂੰ ਅਸੀਂ ਕਹਿੰਦੇ ਹਾਂ ਸ਼ਬਦ ਦਾ ਲੰਗਰ ਅਤੇ ਇੱਕ ਪਦਾਰਥਾਂ ਦਾ ਲੰਗਰ। ਤਾਂ ਗੁਰੂ ਸਾਹਿਬ ਨੇ ਸਾਨੂੰ ਦੋਵੇਂ ਬਖਸ਼ੇ ਨੇ। ਜਦੋਂ ਇੱਕ ਸਿੱਖ ਸੰਗਤ ਰੂਪ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ ਬੈਠਦਾ, ਉੱਥੇ ਗੁਰਬਾਣੀ ਸ਼ਬਦ ਕੀਰਤਨ ਦੇ ਪ੍ਰਵਾਹ ਚੱਲਦੇ ਨੇ, ਗੁਰਬਾਣੀ ਜਪ ਚੱਲਦੇ ਨੇ, ਕਥਾ ਵਿਚਾਰਾਂ ਚੱਲਦੀਆਂ ਨੇ, ਅਤੇ ਉੱਥੇ ਅਸੀਂ ਆਤਮਕ ਤ੍ਰਿਪਤੀ ਦੇ ਲਈ ਸ਼ਬਦ ਦਾ ਲੰਗਰ ਪ੍ਰਾਪਤ ਕਰਨੇ ਹਾਂ। ਅਤੇ ਸਰੀਰ ਨੂੰ ਵੀ ਭੋਜਨ ਦੀ ਲੋੜ ਹੈ, ਇਸੇ ਲਈ ਸਤਿਗੁਰ ਦੇ ਦਰ 'ਤੇ ਆਇਆ ਮਨੁੱਖ ਨਾ ਤਾਂ ਆਤਮਕ ਭੁੱਖ ਤੋਂ ਵਾਂਝਾ ਰਹੇ ਅਤੇ ਨਾ ਹੀ ਸਰੀਰਕ ਭੁੱਖ ਤੋਂ। ਇਸੇ ਲਈ ਸਰੀਰ ਦੀ ਤ੍ਰਿਪਤੀ ਲਈ ਇੱਥੇ ਗੁਰੂ ਸਾਹਿਬਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਪਦਾਰਥਾਂ ਦੇ ਲੰਗਰ ਚਲਾਏ ਨੇ। ਤਾਂ ਉਹ ਲੰਗਰ ਜਿਹੜਾ ਗੁਰੂ ਘਰਾਂ ਵਿੱਚ ਚੱਲਦਾ ਹੈ, ਕਿਤੇ ਵੀ ਚੱਲਦਾ, ਉਹ ਵੀ ਗੁਰੂ ਦੀ ਬਖਸ਼ਿਸ਼ ਹੈ। ਇਹ ਐਸੀ ਬਖਸ਼ਿਸ਼ ਆਪਣੀ ਸੰਗਤ ਅਤੇ ਗੁਰਸਿੱਖਾਂ ਅਤੇ ਸਤਿਗੁਰਾਂ ਨੇ ਕੀਤੀ ਹੈ ਕਿ
ਇਹ ਲੰਗਰ ਜਿਹੜਾ ਹੈ ਅਤੁੱਟ ਵਰਤਦਾ ਰਹਿੰਦਾ ਹੈ। ਸੋ ਇਹ ਵੀ ਸਮਾਂ ਆਇਆ, ਸਮੇਂ ਤਾਂ ਬੜੇ ਬੜੇ ਔਖੇ ਹੁੰਦੇ ਰਹੇ ਨੇ, ਪਰ ਉਹਨਾਂ ਸਮਿਆਂ ਵਿੱਚ ਵੀ ਇਹ ਗੁਰੂ ਦੀ ਕਿਰਪਾ ਰਹੀ ਕਿ ਸਿੱਖਾਂ ਨੂੰ ਜਿਹੜਾ ਵਰ ਹੈ ਗੁਰੂ ਸਾਹਿਬ ਦਾ, ਜੋ ਦੇਗ ਤੇਗ ਫਤਿਹ ਦਾ, ਦੇਗ ਤੇਗ ਫਤਿਹ, ਉਹਦਾ ਭਾਵ ਵੀ ਨਾ ਤਾਂ ਕੋਈ ਭੁੱਖਾ ਰਵੇ ਅਤੇ ਨਾ ਹੀ ਕਿਸੇ 'ਤੇ ਜ਼ੁਲਮ ਹੋਵੇ, ਤਾਂ ਗੁਰੂ ਸਾਹਿਬ ਦੀਆਂ ਸਾਰੀਆਂ ਬਖਸ਼ਿਸ਼ਾਂ ਨੇ। ਸੋ ਇੱਥੇ ਛੇਵੇਂ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ, ਗੁਰੂ ਕੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਉਸ ਸਮੇਂ ਵੀ ਅਤੁੱਟ ਲੰਗਰ ਚੱਲਦੇ ਰਹੇ ਨੇ। ਇੱਥੇ ਆਇਆਂ ਨੂੰ ਵੀ ਲੰਗਰ ਮਿਲਿਆ ਹੈ, ਅਤੇ ਇੱਥੋਂ ਗੁਰੂ ਘਰ ਦੇ ਮੁਲਾਜ਼ਮਾਂ ਨੇ ਨਾਲ ਸੰਗਤ ਵੱਲੋਂ ਗੁਰਸਿੱਖ ਪਿਆਰਿਆਂ ਨੇ ਰਲ ਮਿਲ ਕੇ ਸ਼ਹਿਰ ਵਿੱਚ ਨੇੜੇ ਦੇ ਇਲਾਕੇ ਵਿੱਚ ਲੰਗਰ ਘਰ ਘਰ ਪਹੁੰਚਾਇਆ, ਲੋੜਵੰਦਾਂ ਨੂੰ ਪੂਰੀ ਤਨਦੇਈ ਨਾਲ ਸੇਵਾ ਨਿਭਾਈ। ਅਤੇ ਇਹ ਸਭ ਗੁਰੂ ਸਾਹਿਬ ਨੇ ਆਪ ਮਿਹਰ ਕਰਕੇ ਕਰਵਾਈ, ਇਹ ਸਭ ਗੁਰੂ ਸਾਹਿਬ ਦੀ ਕਿਰਪਾ ਹੈ। ਤਾਂ ਇਹ ਕਿਰਪਾ ਕਹਿਣ ਦੀ ਲੋੜ ਨਹੀਂ, ਸਤਿਗੁਰ ਨੇ ਆਪਣੇ ਪੰਥ 'ਤੇ ਗੁਰਸਿੱਖਾਂ 'ਤੇ ਬਣਾ ਕੇ ਹੀ ਰੱਖਣੀ ਹੈ। ਸੋ ਲੰਗਰ ਵੀ ਇੱਥੇ ਗੁਰੂ ਦੀ ਕਿਰਪਾ ਨਾਲ ਚੱਲਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ। ਔਰ ਮੈਂ ਸ਼ੁਕਰੀਆ ਅਦਾ ਕਰਦਾ ਭਾਈ ਜੀ ਹੋਣਾ ਦਾ, ਜਿਨ੍ਹਾਂ ਨੇ ਆਪਣਾ ਕੀਮਤੀ ਵਕਤ ਦਿੱਤਾ, ਇੰਨੇ ਅੱਛੇ ਵਿਚਾਰ ਸਾਂਝੇ ਕੀਤੇ, ਜਿਸ ਦੇ ਅੱਜ ਦੇ ਟਾਈਮ 'ਤੇ ਜਿਹੜਾ ਸਾਰਾ, ਜਿਹਨੂੰ ਆਪਾਂ ਕਹਾਂਗੇ ਸਾਡੇ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਉਹ ਭੁੱਲਦੀ ਜਾ ਰਹੀ ਹੈ, ਲੇਕਿਨ ਨਹੀਂ, ਇਹਨਾਂ ਵੱਲੋਂ ਇਹੀ ਵਾਰ ਵਾਰ ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਇਹੀ ਸਮਝਾਇਆ ਜਾਂਦਾ ਹੈ ਕਿ ਨਹੀਂ, ਤੁਸੀਂ ਗੁਰੂ ਘਰ ਨਾਲ ਜੁੜੋ, ਸਿੱਖੀ ਨੂੰ ਅਪਣਾਓ। ਜਿਹੜਾ ਸਿੱਖ ਫੈਮਲੀਜ਼, ਜਿਹੜੀ ਸਿੱਖ ਪਰਿਵਾਰ ਸਾਡੇ ਨੇ ਜਿਹੜੇ ਗੁਰੂ ਘਰ ਤੋਂ ਦੂਰ ਜਾਂਦੇ ਜਾ ਰਹੇ ਨੇ, ਉਹ ਦੁਬਾਰਾ ਆਪਣੇ ਗੁਰੂ ਘਰ ਨੂੰ ਅਪਣਾਉਣ, ਸਹੀ ਰਸਤਾ ਮਿਲੇ। ਸਾਂਝਾ ਪੰਜਾਬ ਟੀਵੀ ਚੈਨਲ UK ਤੋਂ ਮੈਂ ਅਰਵਿੰਦਰ ਸਿੰਘ, ਪੂਰੀ ਟੀਮ ਦੀ ਤਰਫ ਤੋਂ, UK ਔਰ ਇੰਡੀਆ ਦੀ ਤਰਫ ਤੋਂ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਔਰ ਵੈਲਕਮ ਕਰਦਾ। ਕਿਸੇ ਤਰ੍ਹਾਂ ਦੀ ਕੋਈ ਮੇਰੇ ਤੋਂ ਭੁੱਲ ਨਾ ਹੋਈ ਹੋਏ ਭਾਈ ਜੀ ਨਾਲ ਗੱਲ ਕਰਦੇ ਹੋਏ, ਅਤੇ ਮੈਂ ਬਹੁਤ ਕਸ਼ਮਾ ਚਾਹੁੰਦਾ ਵਾਂ, ਕਸ਼ਮਾ ਯਾਚੀ ਹਾਂ, ਅਤੇ ਕਿਰਪਾ ਕਰਕੇ ਮੇਰੀ ਗਲਤੀ ਨੂੰ ਮਾਫ਼ ਕਰ ਦਿੱਤਾ ਜਾਵੇ। ਅੱਗੇ ਹੋਰ ਸੁਝਾਵ ਔਰ ਕਮੈਂਟ ਜ਼ਰੂਰ ਦਿੱਤੇ ਜਾਣ, ਜਿਹਦੇ ਨਾਲ ਅਸੀਂ ਅੱਗੇ ਹੋਰ ਵੀ ਅੱਛੀਆਂ ਹਸਤੀਆਂ ਦੇ ਨਾਲ ਮਿਲਣ ਦੇ ਬਾਅਦ ਆਪ ਜੀ ਨੂੰ ਰੂਬਰੂ ਕਰਾਈਏ। ਸੋ ਗੱਜ ਕੇ ਆਪਾਂ ਫਤਿਹ ਬੁਲਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।